ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਾਸਤੇ ਬੇਹੱਦ ਮੁਸਰਤ ਔਰ ਖੁਸ਼ੀ ਦਾ ਮੁਕਾਮ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਔਰ ਉਹਨਾਂ ਦੀ ਜੋ ਯੂਥ ਅਕਾਲੀ ਦਲ ਹੈ ਉਸਦੀ ਰੂਹੇ ਰਵਾਨ ਉਸਦੇ ਕਰਮਠ ਆਗੂ ਜਿੰਦ ਜਾਨ ਸਰਦਾਰ ਹਰਸ਼ਪਿੰਦਰ ਸਿੰਘ ਜੀ ਜਿਨ੍ਹਾਂ ਦੀ ਪਹਿਚਾਣ ਬੱਬੀ ਬਾਦਲ ਦੇ ਤੌਰ 'ਤੇ ਹੈ, ਜਿਨ੍ਹਾਂ ਦਾ ਪਰਿਵਾਰ ਟਕਸਾਲੀ ਪਰਿਵਾਰ ਹੈ, ਇਹਨਾਂ ਦੇ ਪਿਤਾ ਜੀ ਸਾਹਿਬ ਸੁਰਿੰਦਰ ਸਿੰਘ ਜੀ ਬਾਦਲ, ਉਹਨਾਂ ਨੇ ਐਮਰਜੈਂਸੀ ਪੰਜਾਬੀ ਸੂਬੇ ਔਰ ਅਕਾਲੀ ਮੋਰਚਿਆਂ ਵਿੱਚ ਜੇਲ੍ਹਾਂ ਕੱਟੀਆਂ ਔਰ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਔਰ ਹਰਸ਼ਪਿੰਦਰ ਸਿੰਘ ਜੀ ਬੱਬੀ ਬਾਦਲ ਜਿੰਨੀਆਂ ਵੀ ਚੋਣਾਂ ਗਿੱਦੜਵਾਹਾ ਦੀ ਚੋਣ ਤੋਂ ਲੈ ਕੇ ਇਹ ਸਾਰੀਆਂ ਚੋਣਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਔਰ ਯੂਥ ਅਕਾਲੀ ਦਲ ਨੂੰ ਪੰਜਾਬ ਔਰ ਪੰਜਾਬ ਤੋਂ ਬਾਹਰ ਨਾਮਬੰਦ ਕਰਾਉਣ ਲਈ ਵੱਡੀ ਸਰਗਰਮ ਭੂਮਿਕਾ ਨਿਭਾਈ। ਇੱਕ ਸਾਫ਼ ਸੁਥਰਾ ਕਿਰਦਾਰ, ਇੱਕ ਕਰਮੱਠ ਨੌਜਵਾਨ, ਉਹ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰ ਰਹੇ ਨੇ। ਅਸੀਂ ਅੱਜ ਸਾਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਜਿੰਨੀ ਲੀਡਰਸ਼ਿਪ ਮੋਰਲੀ ਕਤਾਰ ਦੀ ਇੱਥੇ ਮੌਜੂਦ ਆ, ਉਹਨਾਂ ਨੂੰ ਜੀ ਆਇਆਂ ਕਹਿਣ ਲਈ ਜੁੜੇ ਹਾਂ। ਮੈਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਤਿਕਾਰਯੋਗ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ, ਉਹਨਾਂ ਨੂੰ ਬੇਨਤੀ ਕਰਾਂਗਾ, ਉਹ ਸ਼੍ਰੀ ਹਰਸ਼ਪਿੰਦਰ ਸਿੰਘ ਬੱਬੀ ਬਾਦਲ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜੀ ਆਇਆਂ ਵੀ ਆਖਣ ਅਤੇ ਅੱਜ ਹੀ ਉਹਨਾਂ ਦੇ ਸਪੁਰਦ ਵੱਡੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ ਲਈ ਉਹਦਾ ਵੀ ਯੋਗ ਐਲਾਨ ਕਰਨਗੇ। ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ, ਮੈਂਬਰ ਪਾਰਲੀਮੈਂਟ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਕਿ ਮੇਰੇ ਤੋਂ ਪਹਿਲਾਂ ਸਰਦਾਰ ਬੀਰਜਿੰਦਰ ਸਿੰਘ ਹੋਰਾਂ ਨੇ ਸਾਰਾ ਸੰਖੇਪ ਰੂਪ ਦੇ ਵਿੱਚ ਤੁਹਾਨੂੰ ਦੱਸ ਦਿੱਤਾ। ਸਾਡੇ ਬਹੁਤ ਹੀ ਨੌਜਵਾਨ, ਬਹੁਤ ਹੀ ਹਰਮਨ ਪਿਆਰੇ ਪੰਜਾਬ ਦੇ ਜਿੰਦ ਜਾਣ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਲੀਡਰ ਦੇ ਤੌਰ ਦੇ ਉੱਤੇ ਸੇਵਾ ਕੀਤੀ ਆ, ਅੱਜ ਉਹ ਸਾਡੇ ਵਿੱਚ ਸ਼ਾਮਿਲ ਹੋ ਰਹੇ ਨੇ। ਮੈਂ ਉਹਨਾਂ ਨੂੰ, ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਹਿੰਦਾ, ਉਹਨਾਂ ਦਾ ਧੰਨਵਾਦ ਕਰਦਾ ਅਤੇ ਮੈਂ ਇਹ ਭਰੋਸਾ ਦਿੰਦਾ ਵਾਂ ਕਿ ਉਹਨਾਂ ਦਾ ਜੋ ਬਣਦਾ ਮਾਣ ਸਤਿਕਾਰ, ਜਿਹੋ ਜਿਹੀ ਉਹਨਾਂ ਦੀ ਪੁਜੀਸ਼ਨ ਪਿੱਛੇ ਰਹੀ ਆ, ਜਿਹੋ ਜਿਹੇ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਨੇ, ਜਿਸ ਤਰ੍ਹਾਂ ਉਹਨਾਂ ਦੇ ਖਾਨਦਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਜੀਟੇਸ਼ਨਾਂ ਦੇ ਵਿੱਚ, ਮੋਰਚਿਆਂ ਦੇ ਵਿੱਚ ਹਿੱਸਾ ਲਿਆ, ਜੇਲ੍ਹਾਂ ਕੱਟੀਆਂ, ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹ ਅੱਗੇ ਤੋਂ ਵੀ ਇਹਨਾਂ ਨੂੰ ਦਿੱਤਾ ਜਾਵੇਗਾ। ਅਤੇ ਅੱਜ ਮੈਂ ਉਹਨਾਂ ਨੂੰ ਜੋ ਸ਼੍ਰੋਮਣੀ ਟਕਸਾਲੀ ਦਲ ਦਾ ਜੋ ਯੂਥ ਵਿੰਗ ਆ ਉਹਦਾ ਪ੍ਰਧਾਨ ਨਿਯੁਕਤ ਕਰਦਾ ਪੰਜਾਬ ਦਾ।